ਇਹ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ। ਜਦ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਅਵਤਾਰ ਨਹੀਂ ਸੀ ਹੋਇਆ ਤਾਂ ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਕੋ ਵਰ ਲੈਣ ਗਏ ਸਨ। ਪੁਰਾਤਨ ਸਮਾਂ ਸੀ, ਮਾਤਾ ਜੀ ਰੱਥਾਂ 'ਤੇ ਸਵਾਰ ਹੋ ਕੇ ਗਏ ਸਨ। ਜਦ ਉੱਥੇ ਪਹੁੰਚੇ ਨੇ ਤਾਂ ਧੂੜਾ ਉੱਡੀ ਹੈ, ਕਿਉਂ ਕੱਚੀਆਂ ਸੜਕਾਂ ਸਨ। ਤਾਂ ਬਾਬਾ ਜੀ ਡੇਰੇ ਦੇ ਬਾਹਰ ਹੀ ਆਪਣੇ ਬੈਠੇ ਸਨ, ਕੋਈ ਸੰਗੀ ਵੀ ਸਨ ਕੋਲ। ਤਾਂ ਧੂੜਾ ਉੱਡਣ ਕਰਕੇ ਸੰਗਤ ਨੇ ਆਖਿਆ ਬਹੁਤ ਧੂੜ ਉੱਡੀ ਹੈ। ਤਾਂ ਬਾਬਾ ਜੀ ਕਹਿੰਦੇ ਵੀ ਕੌਣ ਜਿਹਾ ਧੂੜਾ ਉਡਾ ਰਿਹਾ? ਅਤੇ ਆਖਿਆ ਜੀ ਗੁਰੂ ਕੇ ਮਹਿਲ ਆਏ ਨੇ। ਤਾਂ ਬਾਬਾ ਬੁੱਢਾ ਸਹਿਜ ਸੁਭਾਅ ਹੀ ਬੋਲੇ, ਬਈ ਗੁਰੂ ਕਿਆਂ ਨੂੰ ਕੀ ਭਾਜਣਾ ਪੈ ਗਈਆਂ ਜੋ ਧੂੜਾ ਉਡਾਉਂਦੇ ਆ ਰਹੇ ਨੇ। ਤਾਂ ਇਤਿਹਾਸ ਦੱਸਦਾ ਹੈ ਕਿ ਬਾਬਾ ਜੀ ਕੋਲ ਉਹਨਾਂ ਦਾ ਇੱਕ ਸੇਵਕ ਸੁਣ ਕੇ ਇਹ ਬਚਨ ਬਾਬਾ ਜੀ ਦੇ ਖਿੱਚ ਗਿਆ। ਅਤੇ ਬਾਬਾ ਜੀ ਨੇ ਥੋੜ੍ਹੇ ਜਿਹੇ ਗੁੱਸੇ 'ਚ ਕਹਿਣ ਲੱਗਾ, ਬਾਬਾ ਜੀ ਕੋਈ ਸੋਚ ਸਮਝ ਕੇ ਬੋਲਿਆ ਕਰੋ। ਤਾਂ ਬਾਬਾ ਬੁੱਢਾ ਜੀ ਕਹਿਣ ਲੱਗੇ, ਕੀ ਹੋਇਆ ਭਾਈ, ਅਸੀਂ ਕੀ ਮਾੜਾ ਕਹਿ ਦਿੱਤਾ? ਕਹਿਣ ਲੱਗਾ, ਤੁਹਾਨੂੰ ਪਤਾ ਨਹੀਂ ਲੱਗਾ, ਸਤਰੇ ਬਤਰੇ ਹੋ ਗਏ। ਬਾਬਾ ਜੀ ਕਹਿੰਦੇ ਵੀ ਗੁੱਸਾ ਕਿਉਂ ਕਰੀ ਜਾ ਰਹੇ ਹਾਂ? ਉਹ ਦੱਸਦੇ ਸੀ ਹੋਇਆ ਕੀ ਹੈ? ਕਹਿੰਦਾ ਤੁਸੀਂ ਗੁਰੂ ਕਿਉਂ ਨੂੰ ਭਜਣਾ ਪਾਈ ਜਾ ਰਹੇ ਹੋ? ਤਾਂ ਬਾਬਾ ਬੁੱਢੇ ਹੱਸ ਕੇ ਕਹਿਣ ਲੱਗੇ ਵੀ ਅਸੀਂ ਜਾਣੀਏ, ਅਤੇ ਗੁਰੂ ਕੇ ਜਾਣਨ, ਗੁਰੂ ਜਾਣੇ, ਤੂੰ ਕਿਉਂ ਭਾਈ ਇਸ ਗੁਰੂ ਨੂੰ ਘੁਰ ਘੁਰ ਕਰਦਾ? ਜਦ ਉਹਨੇ ਸੁਣਿਆ ਕਿ ਬਾਬਾ ਬੁੱਢਾ ਜੀ ਦੇ ਮੁੱਖ ਚੋਂ ਨਿਕਲੇ ਸੂਰ ਵਾਂਗ ਘੁਰ ਘੁਰ ਕਰਦਾ, ਤਾਂ ਉਸੇ ਵੇਲੇ ਦੋਵੇਂ ਹੱਥ ਜੋੜ ਕੇ ਕਹਿਣ ਲੱਗਾ, ਬਾਬਾ ਬੁੱਢਾ ਜੀ ਮੈਨੂੰ ਮਾਫ਼ੀ ਦੇ ਦਿਓ, ਮੇਰਾ ਜਨਮ ਮਰਨ ਘੱਟ ਦਿਓ, ਮੈਨੂੰ ਬਚਾ ਲਓ, ਮੈਨੂੰ ਬਚਾ ਲਓ। ਬਾਬਾ ਜੀ ਕਹਿੰਦੇ ਕੀ ਹੋਇਆ? ਹੁਣੇ ਤਾਂ ਤੂੰ ਸਾਡੇ ਨਾਲ ਗਰਮ ਗੱਲ ਅੰਨਾ ਵਿਆਹ, ਹੁਣ ਕੀ ਹੋ ਗਿਆ? ਕਦਮ ਤੂੰ ਕਹਿਣ ਲੱਗਾ ਸਾਨੂੰ ਬਚਾ ਲਓ। ਕਹਿੰਦਾ ਜੀ ਤੁਹਾਡੇ ਮੁੱਖ ਚੋਂ ਨਿਕਲ ਗਿਆ ਕਿ ਸੂਰ ਵਾਂਗ ਘੁਰ ਘੁਰ ਕਰਦਾ, ਅਤੇ ਆਪ ਦਾ ਬਚਨ ਹਰ ਇੱਕ ਸੱਤ ਹੁੰਦਾ, ਸਾਧ ਬਚਨ ਅਟਲਾਦਾ, ਤੁਹਾਡੇ ਨਾਲ ਰਹੀਦਾ, ਤੁਹਾਡੇ ਬਚਨ ਸੱਤ ਹੁੰਦੇ ਵੇਖੀਦੇ ਨੇ, ਅਤੇ ਤੁਹਾਡੇ ਮੁੱਖ ਚੋਂ ਨਿਕਲਿਆ ਸੂਰ ਵਾਂਗ ਘੁਰ ਘੁਰ ਕਰਦਾ, ਅਤੇ ਮੈਨੂੰ ਅਗਲਾ ਜਨਮ ਹੁਣ ਸੂਰ ਦਾ ਮਿਲੇਗਾ, ਕਿਰਪਾ ਕਰੋ ਮੇਰਾ ਜਨਮ ਮਰਨ ਕੱਟ ਦਿਓ। ਤਾਂ ਬਾਬਾ ਬੁੱਢਾ ਜੀ ਨੇ ਵਿਚਾਰਿਆ, ਕਹਿਣ ਲੱਗੇ ਵੀ ਸਹਿਜ ਸੁਭਾਅ ਨਿਕਲ ਗਿਆ, ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਤੇਰਾ ਅਗਲਾ ਜਨਮ ਸੂਰ ਦਾ ਹੋਵੇਗਾ। ਤਾਂ ਬਾਬਾ ਬੁੱਢਾ ਜੀ ਨੇ ਆਖਿਆ, ਮਾਤਾ ਗੰਗਾ ਜੀ ਦੀ ਕੁੱਖ ਤੋਂ ਇੱਕ ਐਸਾ ਗੁਰੂ ਸੂਰਮਾ ਜਨਮ ਲਵੇਗਾ ਜੋ ਸਮਾਂ ਪਾ ਕੇ ਤੇਰਾ ਉਧਾਰ ਕਰੇਗਾ। ਸੋ ਬਾਬਾ ਦੇ ਬਚਨਾਂ ਦੇ ਨਾਲ ਮਾਤਾ ਗੰਗਾ ਜੀ ਦੇ ਗ੍ਰਹਿ ਵਿਖੇ, ਗੁਰੂ ਅਰਜਨ ਜੀ ਦੇ ਗ੍ਰਹਿ ਵਿਖੇ ਗੁਰੂ ਹਰਗੋਬਿੰਦ ਸਾਹਿਬ ਨੇ ਅਵਤਾਰ ਲਿਆ। ਅਤੇ ਜਦ ਸਮਾਂ ਪਿਆ ਏ, ਗੁਰੂ ਪਿਤਾ ਜੀ ਗੁਰਗੱਦੀ 'ਤੇ ਬਿਰਾਜਮਾਨ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅਤੇ ਇੱਥੋਂ ਦੀਆਂ ਸੰਗਤਾਂ ਨੇ ਜੋ ਕਿ ਗੁਰਦੁਆਰਾ ਗੁਰੂ ਕੀ ਵਡਾਲੀ ਏ ਸਥਾਨ, ਇੱਥੇ ਯਾਦ ਕੀਤਾ ਸੰਗਤਾਂ ਨੇ, ਮਹਾਰਾਜ ਸਾਨੂੰ ਦਰਸ਼ਨ ਦੇ ਦਾਰੇ ਬਖਸ਼ੋ। ਤਾਂ ਮਹਾਰਾਜ ਦੁਨੀਆਂ ਨੂੰ ਉਤਾਰਦੇ ਫਿਰ ਇੱਥੇ ਆਏ ਨੇ ਸੰਗਤਾਂ ਦੇ ਬੁਲਾਵੇ 'ਤੇ। ਤਾਂ ਸੰਗਤ ਪਿੰਡ ਦੇ ਲੋਕ ਕਹਿਣ ਲੱਗੇ, ਮਹਾਰਾਜ ਇੱਕ ਤੁਹਾਡੇ ਅੱਗੇ ਬੇਨਤੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ, ਦੱਸੋ ਭਾਈ ਕੀ ਬੇਨਤੀ ਹੈ? ਆਖਣ ਲੱਗੇ, ਮਾਰ ਇੱਕ ਬੜਾ ਭਾਰੀ ਜੰਗਲੀ ਸੂਰ ਹੈ, ਉਹ ਸਾਡੇ ਬਹੁਤ ਸਾਰੇ ਉਹਨੇ ਜਾਨਵਰ ਮਾਰੇ ਨੇ, ਅਸੀਂ ਵੀ ਡਰਦੇ ਮਾਰੇ ਬਾਹਰ ਨੇ ਨਿਕਲੀ, ਸਾਡੀਆਂ ਖੇਤੀਆਂ ਅਤੇ ਉਹਨੇ ਉਹ ਬਹੁਤ ਖਰਾਬ ਕੀਤੀਆਂ, ਉਜਾੜ ਦਿੱਤੀਆਂ ਨੇ, ਕਿਰਪਾ ਕਰੋ ਸਾਨੂੰ ਇਸ ਸੂਰ ਕੋਲ ਬਚਾਓ। ਤਾਂ ਮਹਾਰਾਜ ਜੀ ਨੇ ਆਖਿਆ, ਸੂਰ ਕਿੱਥੇ? ਆਖਣ ਲੱਗੇ, ਮਾਰੇ ਉੱਧਰ ਝਾੜੀਆਂ ਵਾਲੇ ਬੈਠਾ। ਤਾਂ ਮਹਾਰਾਜ ਜੀ ਪਿੰਡ ਦੇ ਲੋਕਾਂ ਨਾਲ ਇੱਧਰ ਆਏ ਨੇ, ਤਾਂ ਪਿੰਡ ਦੇ ਲੋਕਾਂ ਦੇ ਨਾਲ ਆਉਣ ਅਤੇ ਨਾਲ ਪਹਿਨਦੇ ਖਾਣ ਵੀ ਸੀ ਸਤਿਗੁਰਾਂ ਦੇ ਨਾਲ, ਫੌਜੀ ਜਰਨੈਲ। ਤਾਂ ਇਹ ਆਖਣ ਲੱਗਾ, ਜੀ ਮਹਾਰਾਜ ਮੈਨੂੰ ਮੌਕਾ ਦਿਓ, ਮੈਂ ਸੂਰ ਦਾ ਸ਼ਿਕਾਰ ਕਰਨਾ ਚਾਹੁੰਦਾ। ਮਹਾਰਾਜ ਕਹਿੰਦੇ ਤੂੰ ਕਰ ਲਾ ਭਾਈ। ਜਦ ਇਹ ਸੂਰ ਵੱਲ ਵਧਿਆ ਤਾਂ ਸੂਰ ਨੇ ਐਸਾ ਇਹਨੂੰ ਡਰਾਇਆ ਹੈ ਕਿ ਘੋੜੇ ਸਮੇਤ ਹੀ ਡਿੱਗ ਪਿਆ। ਅਤੇ ਗੁਰੂ ਹਰਗੋਬਿੰਦ ਸਾਹਿਬ ਹੱਸ ਪਏ, ਕਹਿਣ ਲੱਗੇ ਪੈਂਦੇ ਖਾਂ, ਇਹ ਤੇਰੇ ਵੱਸ ਦਾ ਰੋਗ ਨਹੀਂ, ਸੂਰ ਦਾ ਸ਼ਿਕਾਰ ਅਸੀਂ ਹੀ ਕਰਾਂਗੇ। ਤਾਂ ਮਹਾਰਾਜ ਨੇ ਫਿਰ ਸੂਰ ਨੂੰ ਲਲਕਾਰਿਆ, ਤਾਂ ਸੂਰ ਨੇ ਮਹਾਰਾਜ 'ਤੇ ਵਾਰ ਕੀਤਾ ਹੈ। ਤਾਂ ਮਹਾਰਾਜ ਨੇ ਢਾਲ 'ਤੇ ਵਾਰ ਰੋਕ ਕੇ ਤਾਂ ਦੋ ਟੋਟੇ ਕਰ ਦਿੱਤੇ। ਤਾਂ ਉਸੇ ਸਮੇਂ ਦੱਸਿਆ ਜਾਂਦਾ ਹੈ ਕਿ ਲਾਲ ਰੰਗ ਦਾ ਚੰਗਿਆੜਾ ਉਸ ਸੂਰ ਦੇ ਸਰੀਰ 'ਚੋਂ ਨਿਕਲਿਆ। ਉਹ ਬਾਬਾ ਬੁੱਢਾ ਜੀ ਦੇ ਸਪੁੱਤਰ ਭਾਈ ਭਾਨਾ ਜੀ ਉਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਨਾਲ, ਉਹਨਾਂ ਨੇ ਵੇਖਿਆ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਉਹ ਚੰਗਿਆੜਾ ਵੇਖਿਆ। ਤਾਂ ਭਾਈ ਭਾਨਾ ਦੀ ਹੱਥ ਜੋੜ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ, ਗੁਰੂ ਪਿਤਾ ਜੀ ਇਹ ਕੀ ਚੀਜ਼ ਹੈ? ਤਾਂ ਗੁਰੂ ਪਿਤਾ ਜੀ ਨੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਸ ਨੂੰ ਰੋਕਿਆ, ਆਖਿਰ ਰੁਕ ਜਾ ਭਾਈ, ਆਪਣਾ ਬਿਰਤਾਂਤ ਦੱਸ ਕੇ ਜਾ ਸੰਗਤ ਨੂੰ। ਤਾਂ ਉਸ ਨੇ ਚੰਗਿਆੜਾ, ਜੋ ਲਾਲ ਰੰਗ ਦਾ ਚੰਗਿਆੜਾ ਸੀ, ਦੱਸਿਆ ਜਾਂਦਾ ਹੈ ਕਿ ਮਨੁੱਖਾ ਦੇਹੀ ਧਾਰ ਕੇ ਉਸਨੇ ਆਪਣਾ ਫਿਰ ਸਾਰਾ ਬਿਰਤਾਂਤ ਦੱਸਿਆ ਕਿ ਕਿਵੇਂ ਮੈਂ ਬਾਬਾ ਬੁੱਢਾ ਜੀ ਨਾਲ ਬਹਿਸ ਪਿਆ ਸਾਂ, ਅਤੇ ਬਾਬਾ ਬੁੱਢਾ ਜੀ ਦੇ ਮੁੱਖ ਚੋਂ ਨਿਕਲਿਆ ਸੂਰ ਵਾਂਗ ਘੁਰ ਘੁਰ ਕਰਦਾ, ਮੈਨੂੰ ਸੂਰ ਦੀ ਜੂਨੀ ਭੁਗਤਣੀ ਪਈ। ਤਾਂ ਬਾਬਾ ਬੁੱਢਾ ਜੀ ਨੇ ਅਸੀਂ ਕਿਹਾ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਤੇਰਾ ਉਧਾਰ ਕਰਨਗੇ, ਅੱਜ ਆਪ ਦੀ ਕਿਰਪਾ ਹੋਈ ਹੈ, ਮੇਰਾ ਉਧਾਰ ਹੋਇਆ ਹੈ, ਤੁਹਾਨੂੰ ਮੈਂ ਸੱਚਖੰਡ ਨੂੰ ਜਾ ਰਿਹਾ ਹਾਂ। ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ ਆਖਿਆ, ਭਾਈ ਇਹ ਜਗ੍ਹਾ ਪੁੱਟੋ। ਤਾਂ ਜਗ੍ਹਾ ਪੁੱਟੀ ਗਈ, ਅਤੇ ਮਹਾਰਾਜ ਨੇ ਕਿਹਾ ਸਰੀਰ ਦਾ, ਸੂਰ ਦਾ ਸਰੀਰ ਇੱਥੇ ਦੱਬ ਦਿੱਤਾ ਜਾਵੇ। ਤਾਂ ਸੂਰ ਦਾ ਸਰੀਰ ਇਸ ਦੱਬ ਦਿੱਤਾ ਗਿਆ, ਮਿੱਟੀ ਪੁੱਟ ਕੇ ਆਖਿਆ ਗਿਆ ਉਸ ਪੁਰਾਣੇ ਪੁਰਾਤਨ ਬਚਨ ਗੁਰਬਿਲਾਸ ਪਾਤਸ਼ਾਹੀ ਛੇਵੀਂ ਵਿੱਚ ਕਿ ਤੈਂ ਥਾਂ ਦਮਦਮਾ ਪ੍ਰਬਣਾਇਓ ਸੂਕਰਤਨ ਮਹਿਪੂਮ ਹਿਤਾਇਓ, ਭਾਵ ਕਿ ਮਹਾਰਾਜ ਨੇ ਜ਼ਮੀਨ ਪੁਟਵਾਈ ਅਤੇ ਉਹ ਮਰੇ ਹੋਏ ਸੂਰ ਨੂੰ ਉਸ ਵਿੱਚ ਦੱਬ ਦਿੱਤਾ ਗਿਆ। ਸੋ ਸਭ ਮਹਾਰਾਜ ਨੇ ਵਰ ਦਿੱਤਾ ਕਿ ਇੱਥੇ ਕੋਈ ਸ਼ਰਧਾ ਧਾਰ ਕੇ ਆਵੇਗਾ, ਉਹ ਸਾਖੀ ਸੁਣੇਗਾ, ਤਾਂ ਉਹ ਸ਼ਰਾਪਿਆ ਹੋਏ ਮੁਕਤ ਹੋ ਜਾਵੇਗਾ। ਸਮਾਂ ਪਵੇਗਾ, ਇੱਥੇ ਬਹੁਤ ਸੁੰਦਰ ਆਲੀਸ਼ਾਨ ਗੁਰਦੁਆਰਾ ਦਮਦਮਾ ਸਾਹਿਬ ਦੇ ਨਾਲ ਬਣੇਗਾ। ਸੋ ਅੱਜ ਗੁਰੂ ਮਹਾਰਾਜ ਵਰ ਪੂਰੇ ਹੋਏ,
इतने गुरुद्वारा श्री दमदमा साहब सुशोभित है। दिव्यांत लोग इतने दर्शन दिदारे करके अपना जीवन सफला करते हैं। वाहिगुरु जी का खालसा, वाहिगुरु जी की फतेह।